ਆਪ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਡੇਰਾ ਸੱਜਾ ਮੁਖੀ ਦੀ ਮਾਫੀ ਇਸ ਦੇ ਕਾਰਨ ਜਿਹੜਾ ਸਿੱਖ ਜੱਗ ਦੇ ਵਿੱਚ ਬਹੁਤ 파ਰੀ ਰੋਸ ਪਾਇਆ ਗਿਆ ਉਸ ਰੋਸ ਦੇ ਕਈ ਕਾਰਨ ਹੈ ਮਸਲਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪੁਲਿਸ ਗੋਲੀ ਰਾਸ਼ਟਰੀ ਪਾਰਟੀਆਂ ਵੱਲੋਂ ਆਪਣਾ ਲਾਹਾ ਵਗੈਰਾ ਵਗੈਰਾ ਪਰ ਇੱਕ ਗੱਲ ਹੈ ਜੀ ਤੇ तकरीबन ਤੇ ਗਰੀਬਨ ਸਾਰੀਆਂ ਪੰਥਕ ਧਿਰਾਂ ਸਹਿਮਤ ਹੈ ਕਿ ਜਿਹੜੇ ਪੰਜ ਸਿੰਘ ਸਹਿਬਾਨ ਹੈ ਕਿਹਾ ਜਾਂਦਾ ਹੈ ਕਿ ਉਹ ਸਾਰੇ ਇਸ ਪੌੜੇ ਦੀ ਜੜ੍ਹ ਨੇ ਉਹਨਾਂ ਨੂੰ ਉਸ ਤੀਫੇ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ ਇਸ ਤੋਂ ਵੱਡੀ ਨਮੂਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਅੰਮ੍ਰਿਤਸਰ ਦੇ ਬਾਨੀ ਤੇ ਚੌਥੇ ਗੁਰੂ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਹੋਵੇ ਨਗਰ ਕੀਰਤਨ ਦੇ ਮੌਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਨਾ ਹੋ ਸਕਣ ਤਖਤ ਦਮਦਾਨ ਸਾਹਿਬ ਦੇ ਜਥੇਦਾਰ ਜਿਨ੍ਹਾਂ ਦੇ ਸੁੰਨੇ ਕਰਦੀ ਪੁਲਿਸ ਰਾਖੀ ਕਰ ਰਹੀ ਹੈ ਸਿੰਘ ਸਾਹਿਬਾਨ ਪਤਾ ਨਹੀਂ ਕਿੱਥੇ ਆਰਾਮ ਫਰਮਾ ਰਹੇ ਹੈ ਸਿੰਘ ਸਾਹਿਬਾਨ ਦੀਆਂ ਹਸਤੀਆਂ ਜਿਨ੍ਹਾਂ ਨੂੰ ਹਮੇਸ਼ਾ ਸਿੱਖ ਪਾਈਚਾਰਾ ਸਤਕਾਰ ਨਾਲ ਦੇਖਦਾ ਤੇ ਇਹਨਾਂ ਪਦਵੀਆਂ ਦੇ ਅੱਗੇ ਸਿਰ ਝੁਕਦੇ ਰਹੇ ਹੈ ਆਖਰ ਅਜਿਹੀ ਸਥਿਤੀ ਕਿਉਂ ਇਨਾ ਸਾਰੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਚਾ ਜਿਹੜੇ ਖਾਸ ਮਹਿਮਾਨ ਜੁੜੇ ਨੇ ਭਾਈ ਅਸ਼ੋਕ ਸਿੰਘ ਬਾਗੜੀਆਂ ਜਿਹੜੇ ਕਿ ਉਹਗੇ ਸਿੱਖ ਵਿਦਵਾਨ ਨੇ ਸਾਹ ਕਨੈ ਸਿੰਘ ਪੰਜੋੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਅੰਤਰਨ ਕਮੇਟੀ ਦੇ ਮੈਂਬਰ ਔਰ ਸੀਨੀਅਰ ਕਾਲੀ ਨੇਤਾ ਇੰਦਰਪ੍ਰੀਤ ਸਿੰਘ ਜਿਹੜੇ ਕਿ ਸਾਡੇ ਸੀਨੀਅਰ ਜਰਨਲਿਸਟ ਨੇ ਮੈਂ ਇਤਨਾ ਮਹਿਮਾਨਾਂ ਨੂੰ ਜੀ ਆਖਦਾ ਬਗੜੀਆਂ ਜੀ ਜਿਸ ਤਰੀਕੇ ਦੇ ਨਾਲ ਇਹ ਸਥਿਤੀ ਪੈਦਾ ਹੋਈ ਹੈ ਆਪਾਂ ਡਿਬੇਟ ਜਿਹੜਾ ਮੁੱਦਾ ਲੈ ਰਹੇ ਹਾਂ ਕਿ ਜੋ ਸਿੰਘ ਸਾਹਿਬਾਂ ਦੀ ਇਸ ਵੇਲੇ ਇੱਕ ਸਥਿਤੀ ਪਣੀ ਹੈ ਔਰ ਕਲਾ ਪੰਜਾਬ ਦੇ ਅੰਦਰ ਨਹੀਂ ਦੇਸ਼ ਦੇ ਅੰਦਰ ਨਹੀਂ ਵਿਦੇਸ਼ਾਂ 'ਚ ਵੀ ਜਿਹੜਾ ਬੈਠਾ ਸਿੱਖ ਭਾਈਚਾਰਾ ਹੈ ਉਸ ਗੱਲ ਦੀ ਕੋ ਮੰਗ ਕਰ ਰਿਹਾ ਹੈ ਕਿ ਵੀ ਇਹਨਾਂ ਨੂੰ ਅਸਤੀਫੇ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਆਖਰ ਇਹ ਸਥਿਤੀ ਕਿਉਂ ਆਈ ਹੈ ਦੇਖੋ ਤੁਸੀਂ ਕਈ ਕਾਰਨ ਲਿਖੇ ਨੇ ਕਹੇ ਨੇ ਜੀ ਮੇਰੇ ਹਿਸਾਬ ਨਾਲ ਤਾਂ ਇੱਕੋ ਹੀ ਕਾਰਨ ਹੈ ਉਹ ਹੈ ਧਰਮ ਦੇ ਉੱਪਰ ਸਿਆਸਤ ਦਾ ਗਲਵਾ ਜੀ ਬਾਕੀ ਜਿਹੜੀਆਂ ਬਿਮਾਰੀਆਂ ਨੇ ਇਹ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ ਓਕੇ ਤੇ ਜਿਹੜਾ ਹੁਣ ਪਛੋਕੜ ਜਾਣਦੀ ਤਾਂ ਲੋੜ ਨਹੀਂ ਹਮ ਇਸ ਵੇਲੇ ਜੋ ਜੱਥੇਦਾਰ ਹੁਣ ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿੱਥੇ ਆਰਾਮ ਫਰਮਾ ਰਹੇ ਨੇ ਹਮ ਇਹ ਆਮ ਹੁੰਦਾ ਹੈ ਕਿ ਜਿਹਦੇ ਕੋਲੋਂ ਤੁਸੀਂ ਕੰਮ ਕਰਾਓ ਔਰ ਉਹ ਤੁਹਾਡੀ ਗੱਲ ਨਾ ਖੋਲ ਦੇ ਤੇ ਫਿਰ ਉਹਨੂੰ ਜਰਾ ਖਲਾਮੇ ਰੱਖੀਦਾ ਜੀ ਉਹ ਸਰਕਾਰ ਦੀ ਹਫਾਜ਼ਤ ਚ ਨੇ ਹਮ ਹੁਣ ਪੋਜੀਸ਼ਨ ਇਹ ਬਣ ਗਈ ਅੱਜ ਦੀ ਮੈਨੂੰ ਹੁਣ ਕਿਉਂਕਿ ਫਰ ਸਾਫ ਬੋਲਣ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਜੀ ਜੀ ਕਿ ਜਦੋਂ ਸਭ ਤੋਂ ਵੱਡੀ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਏ ਜੀ ਉਸ ਤੋਂ ਬਾਅਦ ਤਾਂ ਫਿਰ ਗੁਰੂ ਮਹਾਰਾਜ ਦੀ ਉਹ ਤੋਖ ਯਾਦ ਆਉਦੀ ਹੈ ਜੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਝ ਖਾਏ ਓਕੇ ਇਸ ਪੋਜੀਸ਼ਨ ਤੇ ਉੱਪਰ ਆਪਾਂ ਸਾਰੇ ਪਹੁੰਚੇ ਹੋਏ ਹਾਂ ਹੁਣ ਤੱਕ ਅਗ ਕਿਉਂ ਨਹੀਂ ਲੱਗੀ ਤੁਸੀਂ ਦੱਸੋ 2 ਜੂਨ ਦੇ ਗ੍ਰੰਥ ਸਾਹਿਬ ਦੀ ਚੋਰੀ ਹੋਈ ਹੋਈ ਹੈ ਜੀ ਜੀ ਔਰ ਉਸ ਤੋਂ ਬਾਅਦ ਉੱਥੇ ਇਖਤियार ਲੱਗੇ ਨੇ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ ਲੱਭ ਲੋ ਹਮ ਅੱਜ 5 ਮਹੀਨੇ ਹੋ ਗਏ ਜੀ ਜੀ ਤੇ ਇਹ ਹਾਲਾਤ ਹੌਲੀ 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 ਇਹ ਡਿਵੈਲਪ ਹੋ ਗਏ ਹਮ ਹੁਣ ਉਹ ਇਹ ਆਪਾਂ ਜਾਣਦੇ ਆ ਸਭ ਜਾਣਦੇ ਨੇ ਕਿਸ ਦੀ ਲੋੜ ਨਹੀਂ ਕਿ ਜਥੇਦਾਰ ਸਹਿਬਾਨ ਨੇ ਕਿਵੇਂ ਇਹ ਕੋਨਾਮਾ ਜਾਰੀ ਕੀਤਾ ਜੀ ਕਿਵੇਂ ਹੋਇਆ ਜੀ ਲੇਕਿਨ ਇੱਕ ਚੀਜ਼ ਵਾ ਜ਼ਰੂਰ ਕਹੂੰਗਾ ਕਿ ਐਸ ਵਕਤ ਜਿਵੇਂ ਹਾਲਾਤ ਬਣ ਗਏ ਹੁਣ ਜਥੇਦਾਰ ਸਾਹਿਬ ਦੀ ਪੋਜੀਸ਼ਨ ਤਖਤਾਂ ਦੇ ਨਾਲ ਜੁੜ ਗਈ ਜੀ ਇਹ ਸਟੇਜ ਦੇ ਉੱਪਰ ਆ ਕੇ ਅਗਰ ਜਥੇਦਾਰ ਸਾਹਿਬ ਨੂੰ ਹਟਾਇਆ ਜਾਂਦਾ ਹੈ ਜੀ ਉਹਦੇ ਉੱਪਰ ਇਹ ਹੋ ਜਾਏਗਾ ਕਿ ਅਕਾਲ ਤਖਤ ਸੁਪਰੀਮ ਨਹੀਂ ਜੀ ਜੀ ਤੁਸੀਂ ਕੱਲ ਜਾਂ ਪਰਸੋਂ ਦਾ ਇਸ਼ਤਿਹਾਰ ਆਇਆ ਇੱਕ ਐਸਜੀਪੀਸੀ ਦਾ ਓਕੇ ਓਕੇ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਐਸਜੀਪੀਸੀ ਸਿੱਖਾਂ ਦੀ ਏਪੈਕਸ ਬਾਡੀ ਹੈ ਹੂੰ ਸਿੱਖਾਂ ਦੀ ਐਪੈਕਸ ਬੋਡੀ ਕਿਵੇਂ ਬਣ ਸਕਦੀ ਐ ਐਸਜੀ ਜੀ ਐਸਜੀ ਪੀਸੀ ਜਿਸ ਵਕਤ ਬਣੀ ਸੀ ਉਸ ਵੇਲੇ ਸਾਰੇ ਗੁਰਧਾਮ ਤੇ 90% ਸਾਡੀ ਆਬਾਦੀ ਉਸ ਪੰਜਾਬ ਦੇ ਵਿੱਚ ਸੀ ਉਸ ਵੇਲੇ ਸਾਡੀ ਇਹ ਨਮਾਇੰਦਾ ਜਮਾਤ ਸੀ ਜੀ ਅੱਜ ਅੱਜ ਦਾ ਜਿਹੜਾ ਪੰਜਾਬ ਹੈ ਉਸ ਪੰਜਾਬ ਦਾ 18% ਹੈ ਉਹ ਕਿਹੜੀ ਜਿਹੜੀ ਆਬਾਦੀ ਹੈ ਉਹ ਇੱਕ ਉਹ 50% ਤੋਂ ਇੱਕ ਪਾਸੇ ਰਹੀ 95% ਪੰਜਾਬ ਤੋਂ ਬਾਹਰ ਹੈ ਜੀ ਜੀ ਕਿਉਂਕਿ ਕਈ ਕੁਝ ਵਾਧੇ ਦੇ ਨਾਲ ਐਸਟੀਪੀਸੀ ਦਾ ਅਧਾਰਾ ਉਹ ਘਟ ਗਿਆ ਲੇਕਿਨ ਅਕਾਲ ਤਖਤ ਦਾ ਜਿਹੜਾ ਇਦਾਰਾ ਹੈ ਉਹ ਗਲੋਬਲ ਹੋ ਗਿਆ ਓਕੇ ਤੁਹਾਨੂੰ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਜਿਹੜੇ ਸਿੰਘ ਸਾਹਿਬ ਹਨ ਇਸ ਮੁਖੇ ਤੇ ਉਹਨਾਂ ਦੇ ਅਸਤੀਫੇ ਵਾਜਬ ਨਹੀਂ ਹੈ ਭਾਈ ਪਨੋਲੀ ਜੀ ਜਿਦਾ ਇਹਨਾਂ ਦਾ ਕਹਿਣਾ ਹੈ ਕਿ ਵੀ ਕੋਈ ਅਕਾਲ ਤਖਤ ਦਾ ਰਤਬਾ ਸੁਪਰੀਮ ਹੈ ਤੇ ਸਿੰਘ ਸਾਹਿਬਾਂ ਦੇ ਅਸਤੀਫੇ ਮੰਗੇ ਜਾਣ ਦੇ ਨਾਲ ਸ਼ਾਇਦ ਉਹ ਰਤਬੇ ਨੂੰ ਵੀ ਠੇਸ ਲੱਗਦੀ ਹੈ ਤੁਹਾਡੇ ਕੀ ਵਿਚਾਰ ਨੇ ਦੇਖੋ ਮੈਂ ਪਿਛਲੀ ਡਿਬੇਟ ਵਿੱਚ ਵੀ ਆਖਿਆ ਸੀ ਆਪਣੀਆਂ ਪੋਸਟਾਂ ਤੇ ਵੀ ਲਿਖਿਆ ਜੀ ਜੀ ਸਿੰਘ ਸਹਿਬਾਨ ਨੇ ਗਲਤ ਹੁਕਮਨਾਮਾ ਜਾਰੀ ਕੀਤਾ ਜਿਹੜਾ ਹੁਕਮਨਾਮਾ ਦਮਦਮਾ ਸਾਹਿਬ ਵਿਖੇ ਖਾਲਸਾ ਪੰਥ ਨੇ ਤੈਅ ਕੀਤਾ ਸੀ ਉਸ ਨੂੰ ਰਿਲੀਜ਼ ਜਿਹੜਾ ਸੀ ਉਹ ਪੰਜ ਸਿੰਘ ਸਹਿਬਾਨ ਨੇ ਕੀਤਾ ਸੀ ਭਾਈ ਸ਼ੋਕਸ਼ਿੰਦ ਬਾਗੜੀਆਂ ਵੀ ਇਹ ਵੀ ਉੱਥੇ ਰੁਪਦਮਨ ਇਹ ਵੀ ਉੱਥੇ ਹਾਜ਼ਰ ਸਨ ਉਸ ਟਾਈਮ ਔਰ ਮੈਂ ਵੀ ਉੱਥੇ ਹਾਜ਼ਰ ਸੀ ਅਸੀਂ ਸਾਰਿਆਂ ਨੇ رائے ਦਿੱਤੀ ਸੀ رائے ਬਣਨ ਤੋਂ ਬਾਅਦ ਹੀ ਸੌਦੇ ਸਾਥ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜੀ ਤੇ ਜਿਹੜਾ ਵਿਅਕਤੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਉਸ ਬੰਦੇ ਨੂੰ ਨਾ ਬਰੀ ਕੀਤਾ ਜਾ ਸਕਦਾ ਨਾ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਜਾਂ ਉਹਨੂੰ ਪਘੋੜਾ ਕਰਾਰ ਦਿੱਤਾ ਜਾਂਦਾ ਹੈ ਤੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਮਾਫ਼ ਕਰਕੇ ਬਹੁਤ ਵੱਡਾ ਪਾਪ ਕੀਤਾ ਅਕਾਲ ਤਖ਼ਤ ਸਾਹਿਬ ਦਾ ਸ਼ਾਨਾਮਤਿਆ ਗੌਰਵ ਮਈ ਇਤਿਹਾਸ ਕਲੰਕਿਤ ਕਰ ਦਿੱਤਾ ਓਕੇ ਅਰੋਧਾ ਨਤੀਜਾ ਨਿਕਲਿਆ ਕਿ ਦੋ ਨੌਜਵਾਨਾਂ ਦੀ ਮੌਤ ਹੋ ਗਈ ਬਹੁਤ ਸਾਰੇ ਫਟੜ ਹੋ ਗਏ ਪੰਜਾਬ ਚ ਅੱਗ ਲੱਗ ਗਈ ਜੀ ਜੀ ਤੇ ਐਸੀ ਸਥਿਤੀ ਵਿੱਚ ਸਿੰਘ ਸਾਹਿਬਾਨ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਵੇਖ ਕੇ ਹੀ ਹੁਕਮਨਾਮਾ ਫਿਰ ਵਿਡਰਾ ਕੀਤਾ ਵਾਪਸ ਲਿਆ ਜੀ ਵਾਪਸ ਲਿਆ ਜੀ ਤੇ ਮੈਂ ਇਹ ਸਮਝਦਾ ਕਿ ਅੱਜ ਵੀ ਸਿੰਘ ਸਾਹਿਬਾਨਾਂ ਨੂੰ ਆਪਣੀ ਗਲਤੀ ਦਾ ਪਛਤਾਵਾ ਕਰਨ ਲਈ ਹੂੰ ਬਿਨਾ ਕਿਸੇ ਤੋਂ ਇਹ ਅਸੀਂ ਉਹਨਾਂ ਦਾ ਰਜ਼ਾਇਨਾ ਮੰਗਦੇ ਫਿਰੇ ਜਾਂ ਪੰਥ ਉਹਨਾਂ ਦਾ ਰਜ਼ਾਇਨਾ ਮੰਗੇ ਉਹਨਾਂ ਨੂੰ ਆਪਣੇ ਆਪਣੇ ਜਿਸ ਜਿੱਥੇ ਜਿਹੜੇ ਸਥਾਨ ਤੇ ਉਹ ਸ਼ਿਸ਼ੋਭਤ ਨੇ ਉਥੇ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਜੀ ਪੋਰ ਤੋਂ ਬਾਅਦ ਅਰਦਾਸ ਕਰਨ ਤੇ ਆਪਣੀ ਗਲਤੀ ਦਾ ਪਛਤਾਤਾਪ ਕਰਕੇ ਆਪਣੇ ਅਹੁਦੇ ਛੱਡ ਦੇਣ ਇਹ ਮੈਂ ਸਮਝਦਾ ਹਾਂ ਇਹਦੇ ਨਾਲ ਅਕਾਲ ਤਖਤ ਦੀ ਸੁਪਰਮੈਸੀ ਵੀ ਕਾਇਮ ਰਹੇਗੀ ਬਾਕੀ ਤਖਤਾਂ ਦੀ ਵੀ ਸੁਪਰਮੈਸੀ ਕਾਇਮ ਰਹੇਗੀ ਸਿੰਘ ਸਾਹਿਬਾਨ ਦਾ ਮਾਨ ਸਨਮਾਨ ਵੀ ਬਹਾਲ ਉਹ ਕਿਤੋਂ ਲੱਗਦਾ ਕਿ ਇਸ ਤਰੀਕੇ ਨਾਲ ਇੱਕ ਹਾਲ ਹੈਗਾ ਇਹ ਵੀ ਜੀ ਜਿਸ ਤਰ੍ਹਾਂ ਦੀ ਪੰਜੋਰੀ ਜੀ ਦਾ ਕਹਿਣਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਹੁਕਮਨਾਮਾ ਕੀਤਾ ਗਿਆ ਡੇਰਾ ਸਚਾ ਨੂੰ ਜਿਹੜਾ ਹੈਗਾ ਉਸ ਦੇ ਬਾਈਕਾਟ ਕਰਨ ਦੇ ਲਈ ਸਾਰਾ ਕੁਝ ਕਿ ਉਹਦੇ ਨਾਲ ਕੋਈ ਸਾਂਝ ਨਾ ਰੱਖੀ ਜਾਵੇ ਉਤਵਾ ਜਿਸ ਤਰੀਕੇ ਨਾਲ ਉਹਨਾਂ ਆਪਣੇ ਸਾਹਮਣੇ ਆਇਆ ਕਿ ਉਹ ਹੁਕਮਨਾਮਾ ਵਾਪਸ ਲਿਆ ਗਿਆ ਫਿਰ ਪੰਜ ਪਿਆਰਾਂ ਵੱਲੋਂ ਜਿਹੜਾ ਫਤਵਾ ਜਾਰੀ ਕੀਤਾ ਗਿਆ ਕਿ ਵੀ ਇਹਨਾਂ ਨੂੰ ਆਪਣੇ ਉੱਤੇ ਸੜਜਣੇ ਚਾਹੀਦੇ ਆ ਉਹ ਜਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਜੇ ਮੈਂ ਗੱਲ ਕਰਾਂ ਖਾਸ ਤੌਰ ਤੇ ਜਿਹੜੇ ਗੁਰਦੁਆਰਾ ਸਹਿਬਾਨ ਹੁੰਦਾ ਵਿੱਚ ਜਿਹੜੀਆਂ ਵਕਫ ਵਕਫ ਜਿਹੜੀਆਂ ਕਮੇਟੀਆਂ ਹੈਗੀਆਂ ਜਿੱਥੇ ਬੰਨੀਆਂ ਹੈਗੀਆਂ ਉਹਨਾਂ ਨੇ ਮਤੇ ਪਾ ਕੇ ਲਗਾਤਾਰ ਇਸ ਗੱਲ ਤੇ ਕਹਿ ਰਿਹਾ ਕਿ ਇਹਨਾਂ ਨੂੰ ਅਸਤੀਫੇ ਦੇਣੇ ਚਾਹੀਦੇ ਆ ਸਾਨੂੰ ਇਹ ਸਿੰਘ ਸਹਿਬਾਨ ਪ੍ਰਵਾਨ ਨਹੀਂ ਹੈ ਅਸੀਂ ਐਕਸੈਪਟ ਨਹੀਂ ਕਰਾਂਗੇ ਇੱਕ ਬਹੁਤ ਹੀ ਘੋਰ ਸੰਕਟ ਦੀ ਸਥਿਤੀ ਪੈਦਾ ਹੋਈ ਹੈ ਅਸਤੀਫੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਮਜੂਦਾ ਸਿੰਘ ਸਾਹਿਬਾ ਨੇ ਕੀ ਕਰਨਾ ਚਾਹੀਦਾ ਹੈ ਅ ਵੈਸੇ ਤਾਂ ਕਰਨਲ ਸਿੰਘ ਜੀ ਨੇ ਠੀਕ ਕਹਤਾ ਹੈ ਔਰ ਬੜਾ ਸਪਸ਼ਟ ਕਰਦਾ ਹੈ ਇਸ ਤੋਂ ਬਾਅਦ ਮੈਨੂੰ ਸਪਸ਼ਟੀਕਰਨ ਹੋਰ ਨਹੀਂ ਆ ਰਿਹਾ ਲੋੜ ਨਹੀਂ ਹੈ ਜੀ ਜੀ ਕਿ ਇਸ ਟਾਈਮ ਉਹਨਾਂ ਕੋਲੇ ਅਸਤੀਫੇ ਦੇਣ ਤੋਂ ਇਲਾਵਾ ਕੋਈ ਅਲਟਰਨੇਟਿਵ ਹੀ ਨਹੀਂ ਹੈ ਜੀ ਜੀ ਪਰ ਜੋ ਬਾਗਨੇ ਜੀ ਕਹਿ ਰਹੇ ਉਹ ਵੀ ਹੈ ਕਿ ਜੇ ਤੁਸੀਂ ਲਓਗੇ ਅਸਤੀਫੇ ਤਾਂ ਪਦ ਦੀ ਜਿਹੜੀ ਗਰਮਾ ਉਹ ਥੱਲੇ ਆਂਦੀ ਹੈ ਜੀ ਜੀ ਸਾਨੂੰ ਉਹ ਵੀ ਬਰਕਰਾਰ ਰੱਖਣੀ ਹੈ ਔਰ ਮਾਹੌਲ ਵੀ ਸ਼ਾਂਤ ਰੱਖਣਾ ਹੈ ਔਰ ਉਹ ਉਸ ਪਦਵੀ ਦਾ ਤੇ ਉੱਤੇ ਸਾਡਾ ਵਿਸ਼ਵਾਸ ਉਸੇ ਤਰ੍ਹਾਂ ਹੀ ਬਣਿਆ ਰਹੇ ਇਹ ਵੀ ਅਸੀਂ ਸਾਰਿਆਂ ਨੇ ਧਿਆਨ ਰੱਖਣਾ ਹੈ ਉਹ ਸਥਿਤੀ 'ਚ ਸਿਰਫ ਤੇ ਸਿਰਫ ਇੱਕੋ ਹੀ ਹੈ ਜੋ ਪੰਜੋਲੀ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਆਪ ਦੇ ਕੇ ਪਛਤਾਵਾ ਵੀ ਕਰਨਾ ਚਾਹੀਦਾ ਇੱਕ ਕੱਲਾ ਅਸਤੀਫਾ ਨਹੀਂ ਅਸਤੀਫਾ ਦੇਣਾ ਇੱਕ ਅਲੱਗ ਚੀਜ਼ ਹੈ ਜੀ ਜੀ ਉਹਦਾ ਪਛਤਾਵਾ ਵੀ ਤਾਂ ਹੋਣਾ ਚਾਹੀਦਾ ਭਾਈ ਬਗੜੀ ਜੀ ਇੱਕ ਸਵਾਲ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਵੀ ਇਹ ਠੀਕ ਹੈ ਕਿ ਉਹਨਾਂ ਦਾ ਅਸਤੀਫਾ ਨਾ ਮੰਗਿਆ ਜਾਏ ਜੇ ਸਿੰਘ ਸਾਹਿਬਾਨ ਆਪਣੇ ਤੌਰ ਤੇ ਅਸਤੀਫਾ ਦਿੰਦੇ ਆ ਪਛਤਾਵਾ ਕਰਦੇ ਆ ਤੈ ਕਿ ਸਿੱਖ ਜਗ ਦੇ ਇੱਕ ਨਵਾਂ ਸੰਦੇਹਾ ਜਾਏਗਾ ਕਿ ਆਪਣੇ ਆਪ ਉਹਨਾਂ ਨੇ ਅਸਤੀਫਾ ਦਿੱਤੇ ਹੈ ਔਰ ਪਛਤਾਵਾ ਕੀਤਾ ਹੈਗਾ ਔਰ ਪਾਸੀਬਲ ਹੈ ਦੇਖੋ ਇਸ ਦੇ ਤਰੀਕੇ ਬਣ ਸਕਦੇ ਨੇ ਇੱਕ ਚੀਜ਼ ਤਾਂ ਇਹ ਕਿ ਜਿਸ ਵਕਤ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਜੋ ਫੈਸਲਾ ਹੋਇਆ ਉਹ ਪੰਥ ਪਰ ਨੇ ਪ੍ਰਵਾਨ ਨਹੀਂ ਕੀਤਾ ਜੀ ਜੀ ਇਸ ਕਰਕੇ ਵਾਪਸ ਲਿਆ ਜਾਂਦਾ ਹੈ ਹੂੰ ਹੂੰ ਇਹਦੇ ਨਾਲ ਜਿਹੜੀ ਪੰਥ ਦੀ ਸਰਵ ਉੱਚਤਾ ਹੈ ਇਹ ਉਹਨਾਂ ਨੇ ਐਕਸੈਪਟ ਕਰ ਲਈ ਹਾਂ ਜੀ ਸੇ ਤੇ ਆਪ ਹੀ ਮੰਨ ਲਿਏਗਾ ਉਹਨਾਂ ਨੇ ਕਹਿਤਾ ਵੀ ਜੋ ਉਹ ਗਲਤ ਹੋਇਆ ਲੇਕਿਨ ਇਹਨੇ ਪੰਥ ਨੂੰ ਜਿਹਨੂੰ ਕਹਿੰਦੇ ਨੇ ਐਕਸੈਪਟ ਨਹੀਂ ਕੀਤਾ ਜੀ ਜੀ ਤਾਂ ਉਹ ਦੇਖੋ ਕਾਫੀ ਹੱਦ ਤੱਕ ਬਰੀਅਲ ਜ਼ੁਮਾ ਹੋ ਜਾਂਦੇ ਨੇ ਜਿਹੜਾ ਆਪਣਾ ਗਲਤੀ ਬੰਦਾ ਕਬੂਲ ਕਰ ਲਏ ਇੱਕ ਇਹ ਇੱਕ ਕਿਸਮ ਦੀ ਬਾਫੀ ਹੈ ਪਰ ਭਾਈ ਮਗੜੇ ਜੀ ਉਹਦੇ باوجود ਵੀ ਸਿੱਖ ਪੰਥ ਦੇ ਅੰਦਰ ਰੋਸ ਉਸੇ ਤਰ੍ਹਾਂ ਕਾਇਮ ਹੈ ਦੂਸਰੇ ਪਾਸੇ ਇਹ ਹੈ ਜਿਸ ਤਰ੍ਹਾਂ ਪੰਡਾਲੀ ਸਾਹਿਬ ਨੇ ਕਿਹਾ ਵੀ ਆਪ ਦੇਣ ਫਿਰ ਉਹਦੇ ਨਾਲ ਇੱਕ ਸ਼ਰਤ ਹੋਰ ਲਾਉਣੀ ਹੈ ਉਹ ਦੱਸਣ ਵੀ ਉਹਨਾਂ ਨੂੰ ਫੈਸਲਾ ਕੀ ਦਾ ਹਾਲ ਆ ਅਤ ਵਿੱਚ ਕਰਨਾ ਪਿਆ ਜੀ ਜੀ ਜੇ ਪੰਥ ਦੀ ਅਸਲੀ ਸੇਵਾ ਕਰਨੀ ਹੈ ਉਹਨਾਂ ਨੇ ਫਿਰ ਉਹ ਜਿਹੜੇ ਤੱਥ ਨੇ ਔਰ ਉਹ ਰੀਜ਼ਨ ਨੇ ਤਾਂ ਉਹਨਾਂ ਨੇ ਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਸਚਾਈ ਸਾਹਮਣੇ ਆਏ ਕਿ ਉਹਨਾਂ ਨੂੰ ਜਿਹੜਾ ਹੈ ਪੰਜਾਬੀ ਦੀ ਕਹਾਵਤ ਚ ਬਲੀਦਾ ਬੱਕਰਾ ਬਣਾਇਆ ਜਾ ਰਿਹਾ ਹੈ ਉਹ ਕਿਉਂ ਕਿਹਦੇ ਪਿੱਛੇ ਕੀ ਹਸਰ ਤੇ ਕੀ ਚਾਲ ਜੀ ਜੀ ਇਹ ਬਗਲੀ ਇੰਪੋਰਟੈਂਟ ਇਸ਼ੂ ਮੈਂ ਓਨੈਸਟ ਮੁੱਦੇ ਤੇ ਦੁਆਰਾ ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ ਅਸੀਂ ਮਹਿਮਾਨਾਂ ਦੇ ਨਾਲ ਬੜੇ ਨਾਜ਼ੁਕ ਮੁੱਦੇ ਤੇ ਚਰਚਾ ਕਰ ਰਹੇ ਹਾਂ ਕਿ ਸਿੰਘ ਸਹਿਬਾਨ ਜਿਨ੍ਹਾਂ ਨੇ ਫੈਸਲੇ ਲਏ ਜਿਦਾਂ ਭਾਈ ਬਗੜੀਆਂ ਇੰਦੀਆਂ ਕਹਿਣਾ ਹੈ ਜੇ ਅਸਤੀਫਾ ਦਿੰਦੇ ਤਾਂ ਇਹ ਵੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਕਿਹੜੀਆਂ ਵਜ੍ਹਾ ਕਾਰਨ ਉਹਨਾਂ ਨੂੰ ਦਿੱਤੇ ਹੁਕਮਨਾਮੇ ਵਾਪਸ ਲੈਣੇ ਪਏ ਅਹਿਮ ਮੁੱਦਿਆਂ ਤੇ ਅਸੀਂ ਚਰਚਾ ਕਰਾਂਗੇ ਬ੍ਰੇਕ ਦੇ ਬਾਅਦ ਆਪ ਟੀਵੀ ਦੇ ਦਰਸ਼ਕਾਂ ਦਾ ਮੋੜ ਇੱਕ ਵਾਰ ਸਵਾਗਤ ਹੈ ਪਿਲੋਲੀ ਜੀ ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਚਰਚਾ ਕਰ ਰਹੇ ਸੀ ਜਿੱਦੋਂ ਆਪਾਂ ਗੱਲ ਕਰਦੇ ਸਿੰਘ ਸਹਿਬਾਨ ਦੇ ਅਸਤੀਫਿਆਂ ਦੀ ਇੱਥੇ ਚ ਕੇ ਵੀ ਬੜਾ ਵੱਡਾ ਨੁਕਤਾ ਕਿ ਜਿਹੜੇ ਪੰਜ ਪਿਆਰੇ ਜਿਨ੍ਹਾਂ ਨੂੰ ਮੁਤਲ ਕੀਤਾ ਗਿਆ ਬਾਅਦ ਚ ਸ਼ਰਮਣੀ ਕਮੇਟੀ ਨੇ ਉਹਨਾਂ ਨੂੰ ਬਹਾਲ ਵੀ ਕਰ ਦਿੱਤਾ ਉਹਨਾਂ ਨੇ ਫੈਸਲਾ ਲਿਆ ਕਿ ਸਿੰਘ ਸਹਿਬਾਨ ਨੂੰ ਜਾਣਾ ਚਾਹੀਦਾ ਹੈ ਬਿਸ਼ੱਕ ਉਹਨਾਂ ਨੂੰ ਬਹਾਲ ਕਰ ਦਿੱਤਾ ਪਰ ਉਹਨਾਂ ਦਾ ਫੈਸਲਾ ਤਾਂ ਉਸੇ ਤਰੀਕੇ ਨਾਲ ਕਾਇਮ ਹੋ ਉਹਨਾਂ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਦੇਖੋ ਮੈਂ ਇਹ ਉਹਨਾਂ ਦੀ ਹਮਾਇਤ ਕੀਤੀ ਹੈ ਬਕਾਇਦਾ ਸ਼ਰਮਣੀ ਕਮੇਟੀ ਦੀ ਐਗਜ਼ੀਕਟਿਵ ਦੇ ਅੰਦਰ ਕੀਤੀ ਹੈ ਜੀ ਮੈਂ ਇੱਕ ਗੱਲ ਸੋਚਦਾ ਹਾਂ ਵੀ ਜਦੋਂ ਪੰਜ ਪਿਆਰੇ ਅਮਰ ਸੰਚਾਰ ਕਰਨ ਜਾਂਦੇ ਨੇ ਉਹ ਉਸ ਟਾਈਮ ਇਹ ਕਹਿੰਦੇ ਨੇ ਵੀ ਤੁਹਾਡਾ ਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਅੱਜ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਸੀਸ ਨਿਚਕਾਉਣਾ ਜੀ ਨਾਲ ਉਹ ਕਹਿੰਦੇ ਨੇ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਤੁਹਾਡੀ ਮਾਤਾ ਸਹਿਬਦੇਵ ਹੈ ਤੇ ਜਦੋਂ ਇਹ ਗੱਲਾਂ ਉਹ ਕਰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਦਾ ਸਾंगर ਚ ਆਉਂਦਾ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਪਏ ਮਤਲਬ ਥਾਂ ਥਾਂ ਦੇ ਛੁੱਟੇ ਜਾਂਦੇ ਨੇ ਜੀ ਫਿਰ ਐਸੀ ਪੋਜੀਸ਼ਨ ਦੇ ਵਿੱਚ ਜਦੋਂ ਇਹੀ ਪੰਜ ਪਿਆਰੇ ਕੱਲ ਫੇਰ ਕਿਤੇ ਅਮਰ ਸੰਚਾਰ ਕਰਨ ਜਾਣਗੇ ਤਾਂ ਫਿਰ ਲੋਕ ਉੱਠ ਕੇ ਉਹਨਾਂ ਨੂੰ ਸਵਾਲ ਕਰਨਗੇ ਕਿ ਭਾਈ ਸਾਹਿਬ ਜੀ ਤੁਸੀਂ ਤਾਂ ਇਹ ਕਿਹਾ ਸੀ ਵੀ ਤੁਹਾਡਾ ਗੁਰੂ ਹੈ ਤੇ ਉਹ ਗੁਰੂ ਦਾ ਅੰਗ ਅੰਗ ਖੰਡਾ ਕੇ ਰੱਖਦਾ ਤੁਸੀਂ ਕੀ ਕੀਤਾ ਜੀ ਜੀ ਤੇ ਮੈਂ ਇਹ ਸਮਝਦਾ ਕਿ ਜਦੋਂ ਕੌਮ ਦੇ ਜਥੇਦਾਰਾਂ ਨੇ ਆਪਣਾ ਬਣਦਾ ਰੋਲ ਆਦਾ ਨਹੀਂ ਕੀਤਾ ਜੀ ਜੀ ਕੌਮ ਪੱਠੀ ਵਿੱਚ ਸੜ ਰਹੀ ਸੀ ਤਾਂ ਐਸੇ ਸਮੇਂ ਵਿੱਚ ਪੰਜ ਪਿਆਰਾਂ ਨੇ ਜੋ ਜਵਾਬ ਤਲਬੀ ਮਤਲਬ ਜੱਥੇਦਾਰ ਸਹਿਬਾਨ ਦੀ ਕੀਤੀ ਹੈ ਉਹ درست ਹੈ ਮੈਂ ਉਹਦੀ ਗੱਡ ਕੇ ਹਮਾਇਤ ਕਰਦਾ ਔਰ ਮੈਂ ਸਮਝਦਾ ਵੀ ਇਹ ਹੋਣੀ ਵੀ ਚਾਹੀਦੀ ਸੀ ਜੇ ਇਹ ਇਹ ਮੈਂ ਇਹ ਮਤਲਬ ਉਹਨਾਂ ਦੀ ਹਮਾਇਤ ਕੀਤੀ ਤੇ ਨੰਬਰ 2 ਤੇ ਉਹਨਾਂ ਨੂੰ ਮੁਅਤਲ ਕਰਨ ਦੇ ਫੈਸਲੇ ਦੇ ਮੈਂ 100% ਖਿਲਾਫ ਹਾਂ ਬਿਲਕੁਲ ਗਲਤ ਫੈਸਲਾ ਕੀਤਾ ਉਹ ਤਾਂ ਮੈਨੂੰ ਲੱਗਦਾ ਸ਼ਰਮਣੀ ਕਮੇਟੀ ਨੇ ਫਿਰ ਬਾਅਦ ਗੱਲ ਤੁਹਾਡੀ ਮੰਨ ਵੀ ਲਈ ਇਸ ਮੁੱਦੇ ਤੇ ਨਹੀਂ ਮੰਨ ਲਈ ਪਰ ਉਸ ਤੋਂ ਬਾਅਦ ਉਹਨਾਂ ਦੀਆਂ ਬਦਲੀਆਂ ਕਰਕੇ ਬਾਹਰ ਭੇਜ ਦਿੱਤਾ ਗਿਆ ਇੱਕ ਗੱਲ ਮੰਨ ਲਈ ਦੂਜੀ ਛੱਡ ਦਿੱਤੀ ਮੈਂ ਸਮਝਦਾ ਇਹ ਗੱਲਾਂ ਗਲਤ ਨੇ ਇਹ ਪੰਜ ਪਿਆਰਿਆਂ ਦਾ ਜਿਹੜਾ ਰੁਤਬਾ ਹੈ ਜਾਂ ਤਾਂ ਤੁਸੀਂ ਪੰਜ ਪਿਆਰਿਆਂ ਦੀ ਪੋਸਟ ਕ੍ਰੇਟਰ ਨਾ ਕਰੋ ਜਦੋਂ ਤੁਸੀਂ ਪੰਜ ਪਿਆਰਿਆਂ ਦੀ ਪੋਸਟ ਬਣਾ ਲਈ ਤਾਂ ਪੰਜ ਪਿਆਰਿਆਂ ਦੀ ਬਹੁਤ ਵੱਡੀ ਅਹਿਮੀਅਤ ਇਸ ਧਰਮ ਦੇ ਅੰਦਰ ਆ ਤੇ ਮੈਂ ਸਮਝਦਾ ਵੀ ਉਹਨਾਂ ਦੀ ਪੋਸਟ ਨਹੀਂ ਸੀ ਬਣਾਉਣੀ ਚਾਹੀਦੀ ਜੇ ਬਣੀ ਹੋਈ ਹੈ ਫਿਰ ਉਹਨਾਂ ਨੇ ਆਪਣੀ ਡਿਊਟੀ ਕੀਤੀ ਹੈ ਤੇ ਆਪਣੇ ਫਰਜ਼ਾਂ ਦੀ ਅਦਾਇਗੀ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਬਿਲਕੁਲ ਗਲਤ ਓਕੇ ਓਕੇ ਇੰਦਬੀ ਜੀ ਐਸੀ ਗੱਲ ਨੂੰ ਜੇ ਆਪਾਂ ਇੱਕ ਸਟੇਪ ਅੱਗੇ ਲਾ ਕੇ ਗੱਲ ਕਰਦੇ ਆਂਗੇ ਜਦੋਂ ਸਿੰਘ ਸਹਿਬਾਨ ਦੀ ਇਸ ਤਰ੍ਹਾਂ ਦੀ ਪੋਜੀਸ਼ਨ ਬਣ ਗਈ ਹੈ ਜਿਸ ਤਰ੍ਹਾਂ ਬ ਗੱਲ ਕਰਦੇ ਆਂ ਕਿ ਕੱਲ ਗੁਰੂ ਸਾਹਿਬਾਨ ਦਾ ਪ੍ਰਕਾਸ਼ ਦਿਹਾੜਾ ਨਗਰ ਕੀਰਤਨ ਉਹਦੇ ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੇ ਅੱਗੇ ਜਦੋਂ ਆਪਾਂ ਕਹਿੰਦੇ ਆਂ ਕਿ ਅਕਾਲ ਤਖਤ ਮਹਾਨ ਆ ਸਾਰਾ ਸਿੱਖ ਭਾਈਚਾਰਾ ਸਿਰ ਝੁਕਾਉਂਦਾ ਉਹਦੇ ਜਥੇਦਾਰ ਦੀ ਇੰਨੀ ਹਿੰਮਤ ਨਾ ਪਾਏ ਕਿ ਨਗਰ ਕੀਰਤਨ ਜਾ ਸਕੇ ਦਮਦਮਾ ਸਾਹਿਬ ਦੇ ਆਪ ਜਥੇਦਾਰ ਦੀ ਗੱਲ ਕਰਦੇ ਕਿ ਉਹਦੇ ਘਰ ਦੇ ਅਗੇ ਪੁਲਿਸ ਲੱਗੀ ਹੈ ਔਰ ਮੀਡੀਆ 'ਚ ਆ ਰਿਹਾ ਹੈ ਕਿ ਜਥੇਦਾਰ ਪਤਾ ਹੀ ਨਹੀਂ ਕਿੱਥੇ ਹੈ ਏਦਾਂ ਦੇ ਜਿਹੜੇ ਜਥੇਦਾਰ ਪ੍ਰੈਕਟੀਕਲ ਤੌਰ ਤੇ ਕੀ ਉਹ ਸਿੱਖ ਭਾਈਚਾਰੇ ਦੀਆਂ ਜਾਂ ਸਿੱਖ ਪੰਥ ਲਈ ਸੁਵਾਮਾਂ ਆਪਣੀਆਂ ਦੇ ਸਕਣਗੇ ਨਹੀਂ ਮੈਂ ਉਹੀ ਸਰ ਪਹਿਲਾਂ ਵੀ ਹੈ ਨਾ ਉਹ ਅਰਜ਼ ਕੀਤੀ ਸੀ ਕਿ ਹੁਣ ਉਹਨਾਂ ਦਾ ਤਾਂ ਉਹ ਖਤਮ ਹੋ ਗਿਆ ਉਹ ਚਾਹੇ ਰੱਖੀ ਵੀ ਰੱਖੋ ਤਾਂ ਉਹ ਡੰਮੀ ਹੈ ਹੁਣ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜਦ ਤੱਕ ਦੇਖੋ ਪੰਥ ਉਹ ਸਾਡੇ ਪੰਥ ਲਈ ਨਹੀਂ ਜੇਸ ਮੈਨੂੰ ਹੀ ਉਹਨਾਂ ਤੇ ਵਿਸ਼ਵਾਸ ਨਹੀਂ ਤਾਂ ਫਿਰ ਉਹ ਉਹਨਾਂ ਦਾ ਰਹਿਣਾ ਵੀ ਉਹਦਾ ਕੋਈ ਮਤਲਬ ਨਹੀਂ ਹੈ ਸੋ ਇਸ ਕਰਕੇ ਇਹਦਾ ਫਰਸਟ ਸਟੈਪ ਹੈ ਕਿ ਉਹਨਾਂ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਔਰ ਪ੍ਰਸ਼ਟਾਤਪ ਕਰਕੇ ਨਿਕਲ ਜਾਣਾ ਚਾਹੀਦਾ ਹੈ ਦੂਜੀ ਗੱਲ ਜੋ ਪੰਜੋਲੀ ਸਾਹਿਬ ਕਹ ਰਹੇ ਪੰਜ ਪਿਆਰਿਆਂ ਸਾਹਿਬ ਦੀ ਪੰਜ ਪਿਆਰੇ ਲਈ ਤਾਂ ਹੋਰ ਵੀ ਕਸੂਤੀ ਸਥਿਤੀ ਹੋ ਗਈ ਹੈ ਕੱਲ ਨੂੰ ਉਹਨਾਂ ਨੂੰ ਤਾਂ ਹੁਣ ਹਰ ਇੱਕ ਬੰਦਾ ਹੀ ਸਵਾਲ ਕਰੇਗਾ ਉਹਨਾਂ ਨੇ ਫੈਸਲਾ ਵਾਪਸ ਨਹੀਂ ਲਿਆ ਉਹ ਹਰ ਇੱਕ ਬੰਦਾ ਸਵਾਲ ਕਰੇਗਾ ਔਰ ਜਵਾਬ ਕੀ ਦੇਣਗੇ ਮਨ ਇਹਦਾ ਵੀ ਇਹ ਵੀ ਈਗੋ ਦਾ ਹੀ ਸਵਾਲ ਹੋਣਾ ਮੱਕੜ ਸਾਹਿਬ ਦੀ ਇਹ ਕੀ ਈਗੋ ਹੀ ਹੈ ਨਾ ਕਿ ਜੀ ਮੈਂ ਉਹਨਾਂ ਨੂੰ ਸਸਪੈਂਡ ਕੀਤਾ ਸੀ ਠੀਕ ਹੈ ਅੰਤਰਿੰਕ ਕਮੇਟੀ ਨੇ ਉਹਦਾ ਵਿਰੋਧ ਕੀਤਾ ਤਾਂ ਮੈਨੂੰ ਉਹ ਬਹਾਲ ਤਾਂ ਕਰਨੇ ਪਏ ਪਰ ਕਿਉਂਕਿ ਉਹਨਾਂ ਨੇ ਸੁਪਰੀਮ ਮੈਂ ਮੈਂ ਸੁਪਰੀਮ ਹਾਂ ਜੀ ਚਲੋ ਤੁਸੀਂ ਉਹ ਦੂਰ ਦੂਰ ਤਬਾਦਲਾ ਕਰਤਾ ਤੁਹਾਡਾ ਸੋ ਇਹ ਗੱਲਾਂ ਨਹੀਂ ਹੋਣੇ ਚਾਹੀਦੀਆਂ ਆ ਤਾਂ ਉਦੋਂ ਵੀ ਗਲਤ ਗੱਲ ਕੀਤੀ ਹੈ। ਮਤਲਬ ਇਹ ਤਾਂ ਆਹ ਤਾਂ ਫੈਸਲਾ ਬਿਲਕੁਲ ਵਾਪਸ ਲੈ। ਇਹ ਨਹੀਂ ਕਿ ਤੁਸੀਂ ਅਦਾ ਕਰ ਲੈਣੀ। ਭਾਈ ਬਗੜੀ ਜੀ ਜਿੱਦਾਂ ਇਹ ਸਵਾਲ ਉੱਪਰ ਕੇ ਸਾਹਮਣੇ ਆ ਰਿਹਾ ਕਿ ਜਦੋਂ ਸਿੰਘ ਸਾਹਿਬਾਨ ਦੇ ਅਸਤੀਫਿਆਂ ਦੀ ਗੱਲ ਆਂਦੀ ਹੈ। ਪੰਜ ਪਿਆਰਿਆਂ ਦੀ ਆਪਾਂ ਗੱਲ ਕਰਦੇ ਆਂ। ਤੁਸੀਂ ਪੜ੍ਹਿਆ ਵੀ ਹੈ, ਸੁਣਿਆ ਵੀ ਹੈ ਕਿ ਉਹਨਾਂ ਨੇ ਵੀ ਕਿਹਾ ਕਿ ਸਿੰਘ ਸਾਹਿਬਾਨ ਨੂੰ ਜਾਣਾ ਚਾਹੀਦਾ ਉਹ ਬਹਾਲ ਕਰ ਦਿੱਤੇਗੇ। ਇਹ ਕੁਐਸਚਨ ਇਹ ਖੜਾ ਹੋ ਰਿਹਾ ਕਿ ਹੁਣ ਪੰਜ ਪਿਆਰੇ ਉਹਨਾਂ ਦਾ ਕੀ ਰੁਤਬਾ ਰਹੇਗਾ ਜਦੋਂ ਉਹਨਾਂ ਨੇ ਇੱਕ ਫੈਸਲਾ ਦਿੱਤਾ ਕਿ ਜਾਣੇ ਚਾਹੀਦੇ ਔਰ ਜਦਾਂ ਤੁਸੀਂ ਜਾਣਦੇ ਹੋ ਕਿ ਜਿਹੜੇ ਸਿੰਘ ਸਹਿਬਾਨ ਆ ਉਹਨਾਂ ਨੇ ਪਹਿਲਾਂ ਡੇਰੇ ਵਾਲੇ ਦੇ ਖਿਲਾਫ ਫਤਵਾ ਦਿੱਤਾ ਫਿਰ ਵਾਪਸ ਲਿਆ ਮਾਫੀਨਾਮਾ ਦਿੱਤਾ ਫਿਰ ਵਾਪਸ ਕੀਤਾ ਇਸ ਰੁਤਬੇ ਦੇ ਮੰਨਦਿਆਂ ਹੋਇਆਂ ਪੰਜ ਪਿਆਰੇ ਕੀ ਆਪਣਾ ਜਾ ਕੇ ਸਿੱਖੀ ਪ੍ਰਚਾਰ ਕਰ ਸਕਣਗੇ ਪਹਿਲੀ ਗੱਲ ਤੇ ਇਹ ਹੈ ਕਿ ਪੰਜ ਪਿਆਰਿਆਂ ਦੀ ਇੰਸਟੀਚਿਊਸ਼ਨ ਕੀ ਹੈ ਤੇ ਕਿਵੇਂ ਹੈ ਜੀ ਇਹ ਪੰਜ ਪਿਆਰੇ ਕੋਈ ਪਰਮਾਨੈਂਟ ਪੋਸਟ ਨਹੀਂ ਹੈ ਜੀ ਇਹ ਜਿਹੜੇ ਪੰਜ ਪਿਆਰੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸਹੀ ਕੀਤਾ ਗਲਤ ਕੀਤਾ ਇਹ ਉਹ ਜਾਣਨ ਜੀ ਇਹਨਾਂ ਦਾ ਕੰਮ ਸਿਰਫ ਅਮਰਤ ਸੰਚਾਰਤਾ ਸੀ ਹਮ ਅਮਰਤ ਪੰਜ ਪਿਆਰੇ ਹਰ ਇੱਕ ਮਸਲੇ ਵਾਸਤੇ ਅਲਹਿਗਾ ਮਸਲਾ ਜਦੋਂ ਸਾਹਮਣੇ ਆਉਂਦਾ ਹੈ ਉਸ ਦਾ ਨਿਰਣਾ ਕਰਨ ਵਾਸਤੇ ਪੰਜ ਪਿਆਰੇ ਥਾਪੇ ਜਾਂਦੇ ਨੇ ਭਾਈ ਬਗਲੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਫੈਸਲਾ ਨਹੀਂ ਦੇਣਾ ਚਾਹੀਦਾ ਸੀ ਉਹ ਫੈਸਲਾ ਦੇਣ ਵਾਸਤੇ ਪਹਿਲਾ ਤਾਇਆ ਕਿ ਉਹਨਾਂ ਸਾਹਮਣੇ ਮੁੱਦਾ ਕੀ ਸੀ ਜੀ ਕੀ ਨੇ ਦਿੱਤਾ ਉਸ ਮੁੱਦੇ ਦੇ ਉੱਪਰ ਫੇਰ ਨਹੀਂ ਮੁੱਦਾ ਤਾਂ ਭਾਈ ਬਗੜਿਆ ਜੀ ਇਸ ਪਾਸੇ ਆ ਕੇ ਸਿੰਘ ਸਹਿਬਾਨ ਜੀ ਨੂੰ ਲਿਆਂਦਾ ਉਹਨਾਂ ਨੇ ਕਿ ਸਿੰਘ ਸਹਿਬਾਨ ਦੇ ਮੁੱਦੇ ਦੇ ਉੱਤੇ ਅਸੀਂ ਉਹਨਾਂ ਨੇ ਕਿਹਾ ਕਿ ਪਾਸੇ ਅੜ ਜਾਣਾ ਚਾਹੀਦਾ ਕਿਸ ਦੇ ਕਿ ਕਿੱਥੋਂ ਉਹਨਾਂ ਨੇ ਇਹ ਅਧਿਕਾਰ ਲਿਆ ਜੀ ਦੇਖੋ ਹਰ ਇੱਕ ਚੀਜ਼ ਦਾ ਜਦੋਂ ਫੈਸਲਾ ਹੁੰਦਾ ਹੈ ਉਹਦੇ ਸਾਹਮਣੇ ਕੋਈ ਪ੍ਰੋਬਲਮ ਜਾਂ ਸਾਹਮਣੇ ਰੱਖਿਆ ਜਾਂਦਾ ਹੈ ਜੀ ਜੀ ਉਹ ਕਿਸ ਨੇ ਰੱਖਿਆ ਵੀ ਤੁਸੀਂ ਫੈਸਲਾ ਦਿਓ ਹੂੰ ਹੂੰ ਦੂਸਰਾ ਇਹ ਹੈ ਕਿ ਕਰਮਚਾਰੀ ਹੁਣ ਤੇ ਉਹਨਾਂ ਦਾ ਜਿਹੜਾ ਸੀ ਰੋਲ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਉਹ ਸੀਮਤ ਸੀ ਅਮਰਤ ਸੰਚਾਰ ਵਾਸਤੇ ਜੀ ਜੋ ਉਹਨਾਂ ਨੇ ਖੁਦ ਕੀਤਾ ਕਿਵੇਂ ਕੀਤਾ ਮੈਂ ਇਹਦੇ 'ਚ ਨਹੀਂ ਪੈ ਸਕਦਾ ਜੀ ਤੁਹਾਨੂੰ ਲੱਗਦਾ ਕਿ ਆਪਣੀ ਭੂਮਿਕਾ ਤੋਂ ਬਾਹਰ ਜਾ ਕੇ ਉਹ ਤਾਂ ਦੇਖੋ ਉਹ ਬੈਕ ਬੈਕੜੀਆਂ ਸਾਬ ਉਹ ਤਾਂ ਮੈਂ ਦੱਸਦਾ ਉਹਦਾ ਮਸਲਾ ਹੈ ਉਹ ਤਾਂ ਇਸ ਕਰਕੇ ਖੜਾ ਹੋਇਆ ਪੰਜ ਪਿਆਰਿਆਂ ਨੇ ਇਸ ਕਰਕੇ ਨੋਟਸ ਲਿਆ ਜਦੋਂ ਜਥੇਦਾਰ ਸਹਿਬਾਨ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਤੇ ਚਲੇ ਗਏ ਉਹਦਾ ਰਾਗੀਆਂ ਨੇ ਵਿਰੋਧ ਕਰਤਾ ਗ੍ਰੰਥੀਆਂ ਨੇ ਵਿਰੋਧ ਕਰਤਾ ਪ੍ਰਚਾਰਕਾਂ ਨੇ ਵਿਰੋਧ ਕਰਤਾ ਤੇ ਜਦੋਂ ਪ੍ਰਚਾਰਕ ਗ੍ਰੰਥੀ ਹੀ ਜਥੇਦਾਰ ਦਾ ਵਿਰੋਧ ਕਰਦੇ ਨੇ ਤਾਂ ਫਿਰ ਕੁਦਰਤੀ ਗੱਲ ਸੀ ਤੇ ਉਹ ਪੰਜ ਪਿਆਰਿਆਂ ਨੇ ਇਸ ਗੱਲ ਦਾ ਨੋਟਸ ਲਿਆ ਵੀ ਇੰਨੀ ਵੱਡੀ ਬਕਾਬਤ ਹੋ ਗਈ ਕੌਮ ਦੇ ਅੰਦਰ ਤੇ ਕੋਈ ਬੰਦਾ ਤਾਂ ਮਤਲਬ ਇਸ ਗੱਲ ਨੂੰ ਪਤਾ ਨੋਟਸ ਲੈਣ ਦੀ ਮੈਂ ਤਾਂ ਕਰੇ ਇਸ ਗੱਲ ਤੁਹਾਡੀ ਗੱਲ ਠੀਕ ਹੈ ਇਹ ਕਾਬਲੇ ਇਤਰਾਜ਼ ਹੈ ਉਹ ਪਕੜੀ ਇਹਨਾਂ ਨੇ ਕਹਿੰਦੇ ਕਿ ਸਥਿਤੀ ਇਹੋ ਜੀ ਪੈਦਾ ਹੋ ਗਈ ਜਿਸ ਸਥਿਤੀ ਚ ਪੰਜ ਪਿਆਰਿਆਂ ਨੇ ਇਹ ਫੈਸਲਾ ਲਿਆ ਕਿਉਂਕਿ ਸਿੰਘ ਸਹਿਬਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਇਹ ਮਤਲਬ ਇਹ ਹੈ ਕਿ ਕੋਈ ਸਥਿਤੀ ਪੈਦਾ ਹੋ ਜਾਏ ਤੇ ਕੋਈ ਪੰਜ ਸਿੰਘ ਇਕੱਠੇ ਹੋ ਕੇ ਉਹਦਾ ਹੱਲ ਲੱਭ ਕੇ ਪ੍ਰਵਾਨ ਹੋਏਗਾ ਓਕੇ ਤੁਹਾਨੂੰ ਲੱਗਦਾ ਕਿ ਇਸ ਗੱਲ ਨਾਲ ਕਿਉਂ ਪਾਇਪਨੋਲਜੀ ਇਸ ਦਾ ਮਤਲਬ ਇਹ ਹੈ ਕਿ ਕੋਈ ਵੀ ਪੰਜ ਸਿੰਘ ਇੱਥੇ ਹੋ ਕੇ ਰੱਖ ਸਕਦੇ ਮੈਂ ਪਹਿਲਾਂ ਵੀ ਕਿਹਾ ਸੀ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਪੰਜ ਪਿਆਰੇ ਕੋਈ ਪਰਮਾਨੈਂਟ ਪੋਸਟ ਨਹੀਂ ਹੈ ਜੀ ਜੀ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੋਸਟ ਪਿਛਲੇ ਸਮਿਆਂ ਵਿੱਚ ਕ੍ਰੀਏਟ ਕੀਤੀ ਹੋਈ ਹੈ ਔਰ ਉਹ ਪੰਜ ਪਿਆਰੇ ਕੇਸਗੜ ਵੀ ਨੇ ਪੰਜ ਪਿਆਰੇ ਦਮਦਮਾ ਸਾਹਿਬ ਵੀ ਨੇ ਜੀ ਜੀ ਮਸਲਾ ਇਹ ਨਹੀਂ ਹੈ ਮਸਲਾ ਤਾਂ ਇਹ ਸੀ ਕਿ ਜਦੋਂ ਪੰਜੇ ਜਥੇਦਾਰ ਸਹਿਬਾਨ ਕਰਾਹੇ ਪੈਗੇ ਫਿਰ ਕੌਮ ਨੂੰ ਅਗਵਾਈ ਕੌਣ ਦੇਗਾ ਜੇ ਜਿਨ੍ਹਾਂ ਨੇ ਜੁਰਤ ਕੀਤੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਹੈ ਤਾਂ ਇਹਦਾ ਮੈਂ ਤਾਂ ਇਸ ਗੱਲ ਦੇ ਹੱਕਤ ਜਿਹੜੇ ਉਹ ਸਰ ਠੀਕ ਹੈ ਤੁਹਾਡੀ ਗੱਲ ਜਿਹੜੇ ਉਹ ਦੂਜੇ ਤਖਤਾਂ ਦੇ ਪੰਜ ਪਿਆਰੇ ਹਨ ਉਹਨਾ ਉਹ ਵੀ ਅਗਰ ਨਾਲ ਇਹਨਾਂ ਦੇ ਸ਼ਾਮਲ ਹੁੰਦੇ ਇਸ ਦਾ ਬੋਲ ਹੋਰ ਬਣ ਜਾਣਾ ਸੀ ਇਹ ਪੰਜ ਪਿਆਰੇ ਉਸ ਕਿਸ ਵਾਸਤੇ ਕਨਸਟੀਟਿਊਟ ਨਹੀਂ ਹੋਏ ਜੀ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਭਾਈ ਬਗੜੀ ਜੀ ਕਹਿਮ ਸਵਾਲੇ ਵੀ ਹੈਗਾ ਜਦੋਂ ਆਪਾਂ ਗੱਲ ਕਰਦੇ ਆ ਸਿੰਘ ਸਹਿਬਾਨ ਦੀਆਂ ਨਿਯੁਕਤੀਆਂ ਦੀ ਕੀ ਹੋਣਾ ਚਾਹੀਦਾ ਕੀ ਨਹੀਂ ਹੁਣ ਕੋਈ ਤਰ੍ਹਾਂ ਕਹਿ ਰਹੀਆਂ ਕਿ ਸਰਵਤ ਖਾਲਸਾ ਕਰਕੇ ਅਸੀਂ ਉੱਥੇ ਤੈਅ ਕਰਾਂਗੇ ਕਿ ਸਿੰਘ ਸਹਿਬਾਨ ਕੌਣ ਹੁਣ ਅਸੀਂ ਬਰੀਫ ਦੇ ਵਿੱਚ ਜਾਨਣਾ ਚਾਹਾਂਗੇ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਬਾਰੇ ਤੁਹਾਡੀ ਕੀ رائے ਹੈ ਬਰੀਫ ਚ ਦੇਖੋ ਨਿਯੁਕਤੀ ਜਿਹੜੀ ਹੈ ਇਹ ਬੜੇ ਸੋਚ ਸਮਝ ਕੇ ਹੋਣੀ ਚਾਹੀਦੀ ਹੈ ਜੀ ਇਹਦੇ ਵਿੱਚ ਪਹਿਲਾਂ ਔਰ ਰਵਾਇਤ ਨਹੀਂ ਬਣੀ ਪਰ ਇਹ ਚੱਲਦਾ ਆਇਆ ਕਿ ਜਿਸ ਵੇਲੇ ਸਿੰਘ ਸਾਹਿਬ ਨੂੰ ਕੋਈ ਨੁਕਸਤੀ ਹੋਣੀ ਸੀ ਜਿਹੜੇ ਕੋਈ 1 2 4 ਜਿਨ੍ਹਾਂ ਦਾ ਉਹ ਸੋਚਿਆ ਜਾਂਦਾ ਸੀ ਵੀ ਇਹਨਾਂ ਨੂੰ ਲਿਆ ਜਾਏ ਉਹਨਾਂ ਦੇ ਬਾਇਓ ਡਾਟਾ ਦੇ ਕੇ ਕੁਝ ਇੰਸਟੀਚਿਊਸ਼ਨਸ ਨੂੰ ਸੰਸਥਾਵਾਂ ਨੂੰ ਭੇਜੇ ਜਾਂਦੇ ਸੀ ਓਕੇ ਬਗਣੀ ਤੁਹਾਨੂੰ ਲੱਗਦਾ ਕਿ ਜਿਹੜਾ ਹੈਗਾ ਬਾਕੀ 93 ਨਮੈਦਗੀ ਦੇ ਨਾਲ ਜਿਹੜਾ ਹੈਗਾ ਨਹੀਂ ਨਹੀਂ ਸਰ ਉਹ ਗੱਲ ਹੋਰ ਕਰ ਰਹੇ ਸਰ ਕਹਿ ਰਹੇ ਕਿ ਇੱਕ ਉੱਥੇ ਧਰਮ ਪ੍ਰਚਾਰ ਕਮੇਟੀ ਵਰਗੀ ਇੱਕ ਸਲਾਹਕਾਰ ਕਮੇਟੀ ਸੀ ਉੱਥੇ ਜੀ ਜੀ ਉਹ ਜੋ 85 ਤੋਂ ਵੱਲ ਬੰਦ ਹੋ ਗਈ ਹੈ ਉਸ ਤਰ੍ਹਾਂ ਦੀ ਇੱਕ ਕਮੇਟੀ ਹੀ ਇਸ ਤਰ੍ਹਾਂ ਦੇ ਬੰਦਿਆਂ ਤੋਂ ਨਾਮਜ਼ਦ ਹੋਣੀ ਚਾਹੀਦੇ ਉਹ ਓਕੇ ਓਕੇ ਜੀ ਸਾਹਿਬ ਮੈਨੂੰ ਸਮਾਂ ਵੀ ਮੇਰੇ ਕਾਬੂ ਤੋਂ ਹੈ ਜੀ ਮੇਰੀ ਇਹਦੇ ਲਾਸਟ ਬਿਲਕੁਲ ਲਾਸਟ ਕਮੈਂਟ ਹੈ ਮੇਰੀ ਰਾਏ ਹਾਂ ਜਨਾ ਦੇ ਵਿੱਚ ਮੇਰੀ ਰਾਏ ਦੇ ਵਿੱਚ ਇਹ ਹੈ ਕਿ ਦੇਖੋ ਪੈਨਲ ਦੇਵੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਦੀ ਨੁਕਤੇ ਵਿੱਚ ਸਮੁੱਚਾ ਸੰਸਾਰ ਭਰ ਦਾ ਸਿੱਖਾ ਉਹ ਕਿ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਹੈਪੀ ਓਕੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਅੱਜ ਇਸ ਨਾਜ਼ੁਕ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਹੈ ਕਿ ਸਿੰਘ ਸਹਿਬਾਨ ਦੇ ਸਤੀਫਿਆਂ ਦਾ ਜਿਹੜਾ ਇੱਕ ਮੰਗ ਜਿਹੜੀ ਜ਼ੋਰ ਫੜ ਰਹੀ ਹੈ ਪੰਜਾਬ ਨਹੀਂ ਦੇਸ਼ ਨਹੀਂ ਵਿਦੇਸ਼ਾਂ 'ਚ ਬੈਠਾ ਸਿੱਖ ਭਾਈ ਚਾਹਰਾ ਵੀ ਇਸ ਮੰਗ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਇਹ ਗੱਲ ਬਿਲਕੁਲ ਸਹੀ ਹੈ ਕ ਸਿੰਘ ਸਹਿਬਾਨ ਜਿਹੜਾ ਹੈਗਾ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਮਾਨ ਸਤਕਾਰ ਵੀ ਉਹਨਾਂ ਨੂੰ ਦਿੰਦੇ ਆ ਪਰ ਜਿੱਦਾਂ ਇੰਦਰਪੀਰ ਜੀ ਨੇ ਕਿਹਾ ਕਿ ਜਦੋਂ ਸਿੱਖ ਭਾਈਚਾਰੇ ਨੂੰ ਹੀ ਉਹਨਾਂ ਦੀ ਨੁਮਾਇੰਦਗੀ ਤੇ ਪ੍ਰੋਸਾ ਨਹੀਂ ਰਿਹਾ ਤਾਂ ਆਪਾਂ ਫਿਰ ਕਿਸ ਦੀ ਨੁਮਾਇੰਦਗੀ ਕਰਦੇ ਆ ਆਖਰ ਜਿਹੜੀ ਇਸ ਗੱਲ ਦੇ ਉੱਤੇ ਇੱਕ ਸਹਿਮਤੀ ਜਿਹੜੀ ਉੱਭਰ ਰਹੀ ਹੈ ਕਿ ਉਹਨਾਂ ਨੂੰ ਆਪਣੇ ਆਪਸ ਦੀ ਦੇ ਕੇ ਲਾਂਬੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਸਿੱਖ ਭਾਈਚਾਰਾ ਇਸ ਸੰਕਟ ਤੋਂ ਨਿਕਲਣ ਦੇ ਲਈ ਇੱਕ ਨਵਾਂ ਰਾਹ ਤਲਾਸ਼ ਕਰ ਸਕੇ ਤੇ ਜਿੱਦਾਂ ਭਾਈ ਬਾਗੜੀਆਂ ਵੀ ਨੇ ਵੀ ਕਿਹਾ ਕਿ ਇਹ ਵੀ ਗੱਲ ਹੈ ਕਿ ਕਿ ਅੰਤਮ ਸੱਚੇ ਸਾਰੇ ਮੁੱਦਿਆਂ ਨਾਲ ਜੁੜੇ ਸਾਹਮਣੇ ਆਉਣਾ ਚਾਹੀਦਾ ਹੈ ਇਹਨਾਂ ਸਾਰੇ ਮਾਮਲਿਆਂ ਤੇ ਚਰਚਾ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਆਪਣੇ ਤਨਾ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਤੁਹਾਡੀ ਆਪਣੀ ਕੋਈ ਵੀ رائے ਦੇਣ ਦੇ ਲਈ ਸਾਡੇ ਪ੍ਰੋਗਰਾਮ ਦਾ ਪਤਾ ਜਗਤਾਰ ਸਿੱਧੂ @globalpunjabtv.com